ਵਾਈਟ ਹਾਊਸ ਦੇ ਲਾਗੇ ਕਹਿੰਦੇ ਭਈ ਚਾਰ ਜਣਿਆਂ ਦੇ ਉੱਤੇ ਬਿਜਲੀ ਆ ਉਹ ਅੱਜ ਸ਼ਾਮੀ 4 ਵਜੇ ਦੇ ਕਰੀਬ ਡਿੱਗੀ ਹੈਗੀ, ਜਿਹਦੇ ਨਾਲ ਚਾਰ ਲੋਕ ਜਿਨ੍ਹਾਂ ਦੇ ਵਿੱਚ 2 ਲੇਡੀਜ਼ ਆ ਤੇ 2 ਮੈਨ ਬਹੁਤ ਬੁਰੀ ਤਰ੍ਹਾਂ ਉਹ ਫੱਟੜ ਹੋ ਗਏ ਹੈਗੇ ਆ। ਡੀਸੀ ਦੀ ਫਾਇਰ ਤੇ EMS ਨੇ ਰਿਸਪੌਂਡ ਕੀਤਾ ਜਦੋਂ ਲਾਈਟਨਿੰਗ ਸਟ੍ਰਾਈਕ ਹੋਈ ਆ ਲੈਫੀਏਟ ਪਾਰਕ ਤੇ 6:52 ਉੱਥੇ ਦਾ ਟਾਈਮ ਜੋ ਹੈਗਾ ਆਪਣਾ, 4:52 ਤੇ ਜਦੋਂ ਫਸਟ ਰਿਸਪੋਂਡਰਸ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਜੋ ਅਡਲਟ ਮੇਲਸ 2 ਸੀਗੇ ਤੇ 2 ਅਡਲਟ ਫੀਮੇਲ ਸੀਗੇ ਉਹ ਸਾਰੇ ਸਫਰ ਕਰ ਰਹੇ ਸੀ ਲਾਈਫ ਥ੍ਰੈਟਨਿੰਗ ਇੰਜਰੀਜ਼ ਤੋਂ, ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਤੇ ਡੀਸੀ ਫਾਇਰ ਤੇ EMS ਦੇ ਸਪੋਕਸ ਪਰਸਨ ਵੀਟੋ ਮੈਗੀ ਓਲੋ ਨੇ ਦੱਸਿਆ ਵੀ US ਸੀਕ੍ਰੈਟ ਸਰਵਿਸ ਤੇ ਹੋਰ ਯੂਨੀਫਾਰਮ ਡਿਵੀਜ਼ਨ ਤੇ ਹੋਰ ਆਫੀਸਰਸ ਜੋ ਪਾਰਕ ਦੇ ਵਿੱਚ ਹੈਗੇ ਆ ਉਹਨਾਂ ਨੇ ਇਸ ਲਾਈਟਨਿੰਗ ਸਟ੍ਰਾਈਕ ਨੂੰ ਵਿਟਨੈਸ ਕੀਤਾ ਤੇ ਇਮੀਡੀਏਟਲੀ ਉਹ ਦੌੜ ਕੇ ਉਹਨਾਂ ਨੇ ਇਹਨਾਂ ਦੋਨਾਂ ਚਾਰਾਂ ਜਣਿਆਂ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ। जी जी अगली जी खबर उस उत्ते नज़र मारते जाइए। बाइडन प्रशासन के द्वारा जी मंकीपॉक्स आ उसनू पब्लिक हेल्थ हेल्थ एमरजेंसी जिहड़ा आ डिकलेयर कर दिता गया आ। इस तो पहला इस दे प्रति एमरजेंसी कई होर सूबियां ने भी जी कर दिती सी। डिपार्टमेंट ऑफ हेल्थ एंड ह्यूमन सर्विसेज दी नाल ब्रीफिंग दे दौरान ये जी अनाउंसमेंट आ ਉਹ ਆਈ ਸੀਗੀ। ਸੋ ਐਡਮਿਨਿਸਟ੍ਰੇਸ਼ਨ ਨੂੰ ਇਸ ਟਾਈਮ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਆਊਟਬ੍ਰੇਕ ਦੀ ਹੈਂਡਲਿੰਗ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇਹ ਨਜਿੱਠ ਰਹੇ ਹੈਗੇ ਨੇ, ਤੇ ਕਈਆਂ ਨੇ ਤਾਂ ਪਹਿਲਾਂ ਹੀ ਇਸ ਨੂੰ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨ ਦੇ ਲਈ ਆਵਾਜ਼ ਜਿਹੜੀ ਉਹ ਲਾਈ ਸੀ। ਹੁਣ ਤੱਕ US ਦੇ ਵਿੱਚ 6600 ਜਿਹੜੇ ਕੇਸ ਆ ਉਹ ਮੰਕੀ ਪੌਕਸ ਦੇ ਆਇਡੈਂਟੀਫਾਈ ਕੀਤੇ ਗਏ ਨੇ। ਪਹਿਲਾ ਕੇਸ ਜਿਹੜਾ ਉਹ ਮਈ ਦੇ ਵਿਚਕਾਰ ਜਿਹੜਾ ਆ ਉਹ ਦੇਖਿਆ ਗਿਆ ਸੀਗਾ। ਕਹਿੰਦੇ ਵੀ ਮੋਂਟੈਨਾ ਤੇ ਵਾਇਓਮਿੰਗ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਮੰਕੀ ਪੌਕਸ ਦੇ ਕੇਸ ਹੁਣ ਤੱਕ ਆ ਚੁੱਕੇ ਹੈਗੇ ਨੇ। WHO ਨੇ ਵੀ ਇਸ ਦੇ ਪ੍ਰਤੀ ਆਲਰੇਡੀ ਵਿਸ਼ਵ ਪੱਧਰ ਦੇ ਉੱਤੇ ਜਿਹੜੀ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਤੇ ਜਾਂ ਇਸ ਨੂੰ ਐਕਸਟਰਾਆਰਡੀਨਰੀ ਇਵੈਂਟ ਜਾਂ ਪਬਲਿਕ ਹੈਲਥ ਰਿਸਕ ਦੇ ਵਜੋਂ ਗਰਦਾਨਿਆ ਹੈਗਾ ਆ। ਜੋ ਬਾਇਡਨ ਹੁਣਾਂ ਨੇ ਬੀਤੇ ਮੰਗਲਵਾਰ ਰੋਬਰਟ ਫੈਂਟਨ ਨੂੰ ਜਿਹੜੀ ਵਾਈਟ ਹਾਊਸ ਦੀ ਨੈਸ਼ਨਲ ਮੰਕੀ ਪੌਕਸ ਰਿਸਪੌਂਸ ਟੀਮ ਦੇ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਹੈ। ਅਗਲੀ ਖਬਰ ਵਿੱਚ ਚਲੀਏ। UK ਦੇ ਵਿੱਚ ਬੈਂਕ ਆਫ ਇੰਗਲੈਂਡ ਨੇ 27 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਇੰਟਰਸਟ ਰੇਟ ਇਨਕਰੀਜ਼ ਕਰ ਦਿੱਤਾ ਹੈਗਾ। ਬੈਂਕ ਆਫ ਇੰਗਲੈਂਡ ਨੇ ਕਹਿੰਦੇ ਪਈ 50 ਬੇਸਿਸ ਪੁਆਇੰਟ ਤੋਂ 1.75% 6ਵੀਂ ਵਾਰੀ ਸੈਂਟਰਲ ਬੈਂਕ ਨੇ ਉੱਥੇ ਦੇ ਜੋ ਇੰਟਰਸਟ ਰੇਟ ਆ ਉਹ ਇਨਕਰੀਜ਼ ਕੀਤੇ ਹੈਗੇ ਆ। ਜੂਨ ਮਹੀਨੇ ਦੇ ਵਿੱਚ ਜੋ ਚੀਜ਼ਾਂ ਦੀਆਂ ਕੀਮਤਾਂ ਹੈਗੀਆਂ 40 ਸਾਲਾਂ ਬਾਅਦ 9.4% ਵੱਧ ਗਈਆਂ ਹੈਗੀਆਂ। ਇਹ ਇੰਨਾ ਜ਼ਿਆਦਾ ਆਪਾਂ ਨੇ ਮੁਲਕ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਵੀ 9% ਦੇ ਲਾਗੇ ਛਾਗੇ ਇਨਫਲੇਸ਼ਨ ਹੋਈ ਹੋ ਆ। ਸੋ ਇਸ ਨੂੰ ਦੇਖਦੇ ਹੋਏ ਬੈਂਕ ਆਫ ਇੰਗਲੈਂਡ ਨੇ ਇਹ ਬਹੁਤ ਵੱਡਾ ਡਿਸੀਜਨ ਲਿਆ ਹੈ।